बिस्मिल्लाहिर्रहमानिर्रहीम अस्सलाम वालेकुम असी वेलकम कहने आ तुहानू अपने पंजाबी किचन च। की हाल है मेरे भैन भरावां दा? दुआ करनी है कि तुसी सारे ठीक ठाक हो। अलहमदुलिल्लाह असी भी ठीक ठाक हाँ, ते जेड़े बाहर परदेस च बैठे ने वह भी अल्लाह ताला उन्हां नू भी सदा सलामत रखे और खुश रखे और तंदुरुस्ती सेहत अता करे। आमीन सुमा आमीन। चलो हुण असी रैसपी का आगाज़ करने हैं। अज असी बना रहे हैं बर्फी। ये बहुत कम इनग्रीडियंट नाल बन जाती है। 250 ml का है कप, है दो मैं ले मिल्क पाउडर दे। एक कप दुध है, 3 tablespoon घी जाएगा। उसी यानी कि डाल्टा भी लै सकते हो, देसी घी भी लै सकते हो, जो कार च हो तुसी इस्तेमाल कर सकते हो। एक प्याली चीनी दी, तो मैं देसी घी इस्तेमाल करांगी। चलो हुण तुहानू दसने आ कि किस तरह बनाना शुरू करना है। एक पैन ले लो, अगर तुहाडे कोल कढ़ाई है तो कढ़ाई लै सकते हो, नहीं तो पैन ले लो। तीन टेबल स्पून मैं इस घी शामिल करांगी। एक कप दूध, दो कप मिल्क पाउडर। बहुत ही मज़े की बर्फी बनती है, तो बहुत जल्दी बन के तैयार हो जाती है। तो इस तरह ही लगता जो बाजारों ले आती है। हम असी इन मिक्स कर लेंगे अच्छी तरह। अगर दूध कम लगे तो तुसी होर भी पा सकते हो। ये कोई लम या गुठली नहीं होनी चाहिए। थोड़ा जा दूध और पावांगे असी। यानी 1.5 कप हो गया। यह तुसी देख सकते हो चूल्हा मैं जला लिया, तो मीडियम ते ही रखना है, यानी इन्नी तेज़ आँच नहीं रखना, इनू लगातार चलाना है। तुसी बहुत मज़ेदार बर्फी बनती है, इस तरह ही लगता है जो बाजार लिया। तो चीनी तुसी किसी तरह की भी इस्तेमाल कर सकते हो, पीसी हुई जेड़ी कार से हो। चलो मैं स्पैचुला ले लेनी हूं मेरा थोड़ा जहा हाई करांगे असी फ्लेम नू, फिर लो कर देंगे। बहुत जल्दी बन के तैयार हो जाती है। यह तुसी देख सकते हो दुध साडा ना इस पॉइंट ते गाढ़ा हो रहा है। हुण असी इनू मज़ीद चलावांगे,
5 ਤੋਂ 6 ਮਿੰਟ ਹੋ ਗਏ ਨੇ ਮੈਨੂੰ ਇਹਨੂੰ ਚਲਾਉਂਦੇ ਆ ਲਗਾਤਾਰ ਤਾਂ ਕਿ ਇਹਦੇ ਚ ਕੋਈ ਗੁਟਲੀ ਨਾ ਬਣੇ ਔਰ ਕੋਈ ਲੰਮਸ ਨਾ। ਚਲੋ ਹੁਣ ਅਸੀਂ ਤੁਹਾਨੂੰ 2-3 ਮਿੰਟ ਬਾਅਦ ਵਿਖਾਉਂਦੇ ਆ ਜੀ। ਇਹ ਤੁਸੀਂ ਦੇਖ ਸਕਦੇ ਹੋ ਇਹ ਤਕਰੀਬਨ ਸਾਡਾ ਨਾ ਇਹ ਤਿਆਰ ਹੋ ਗਿਆ ਅਤੇ ਹੁਣ ਇਸ ਪੁਆਇੰਟ 'ਤੇ ਮੈਂ ਇਹਦੇ 'ਚ ਚੀਨੀ ਸ਼ਾਮਿਲ ਕਰ ਦਿਆਂਗੀ ਅਤੇ ਚੀਨੀ ਵੀ ਆਪਣਾ ਪਾਣੀ ਛੱਡੇਗੀ। ਮਜ਼ੀਦ 3-4 ਮਿੰਟ ਮੈਂ ਹੋਰ ਇਹਨੂੰ ਨਾ ਪਕਾ ਲਵਾਂਗੀ। ਯਾਨੀ ਕਿ ਸਾਡੀ ਅੱਧੀ ਪਿਆਲੀ ਚੀਨੀ ਜਿਹੜੀ ਫਿਰ ਉਸੇ ਪੁਆਇੰਟ 'ਤੇ ਚਲਾ ਜਾਏਗਾ ਯਾਨੀ ਪਤਲਾ ਹੋ ਜਾਏਗਾ। ਲਗਾਤਾਰ ਮੈਨੂੰ ਚਲਾਉਣਾ ਪਏਗਾ 4-5 ਮਿੰਟ। ਇਹ ਤੁਸੀਂ ਵੇਖ ਰਹੇ ਹੋ ਇਹ ਬਿਲਕੁਲ ਤਿਆਰ ਹੋ ਗਈ ਹੈ ਅਤੇ ਇਹਨੇ ਪੈਨ ਨੂੰ ਬਿਲਕੁਲ ਛੱਡ ਦਿੱਤਾ। ਹੁਣ ਅਸੀਂ ਇਹਨੂੰ ਆਪਣੀ ਡਿਸ਼ ਵਿੱਚ ਜਿਹੜਾ ਨਾ ਦੇਖ ਲਓ ਬਿਲਕੁਲ ਲੋ ਸੀ ਮੇਰਾ ਯਾਨੀ ਕਿ ਚੁੱਲ੍ਹੇ ਨੂੰ ਮੈਂ ਬਿਲਕੁਲ ਲੋ ਰੱਖਿਆ ਮੀਡੀਅਮ ਫਲੇਮ ਦੇ ਵਿੱਚ ਇੱਕ ਅੱਧਾ ਮਿੰਟ ਬਸ ਮੈਂ ਤਕਰੀਬਨ ਤਿਆਰ ਹੋ ਗਈ ਯਾਨੀ ਕਿ ਅਸੀਂ ਠੰਡਾ ਕਰਾਂਗੇ ਰੂਮ ਟੈਂਪਰੇਚਰ 'ਤੇ। ਟ੍ਰੇ ਨੂੰ ਗਰੀਸ ਕਰ ਲਿਆ ਸੀ ਅਤੇ ਹੁਣ ਹਾਲੇ ਤਾਂ ਬਹੁਤ ਗਰਮ ਹੈ ਥੋੜ੍ਹਾ ਜਿਹਾ ਠੰਡਾ ਹੋ ਜਾਏ ਅਤੇ ਫਿਰ ਅਸੀਂ ਇਹਨੂੰ ਸੈੱਟ ਕਰਕੇ ਤੁਹਾਨੂੰ ਅੱਗੇ ਵਿਖਾਉਂਦੇ ਹਾਂ ਇਹਦੀ ਫਾਈਨਲ ਲੁੱਕ। ਬਰਫੀ ਸਾਡੀ ਬਣ ਕੇ ਤਿਆਰ ਹੋ ਗਈ ਹੈ ਅਤੇ ਮੇਰੇ ਕੋਲ ਸਾਂਝਾ ਨਹੀਂ ਹੈ ਇਨਸ਼ਾਅੱਲਾ ਕਰੀਬ ਅਲਹਮਦੁਲਿਲਾ ਸਾਡੀ ਬਰਫੀ ਬਣ ਕੇ ਤਿਆਰ ਹੋ ਗਈ ਹੈ ਅਤੇ ਮੇਰੇ ਕੋਲ ਇਸ ਟਾਈਮ ਸਾਂਝਾ ਨਹੀਂ ਹੈ ਅਤੇ ਤੁਸੀਂ ਆਪਣੇ ਸਾਂਚੇ ਦੇ ਮੁਤਾਬਕ ਉਹਨੂੰ ਯਾਨੀ ਕਿ ਪ੍ਰੈਸ ਕਰਨਾ ਵਿੱਚ ਪਾ ਕੇ ਅਤੇ ਖੂਬਸੂਰਤੀ ਜਿਹੀ ਦੇ ਕੇ ਅਤੇ ਇਹ ਵੇਖ ਲਓ ਕਿਉਂਕਿ ਇਹ ਥੋੜ੍ਹੀ ਪਤਲੀ ਹੋ ਗਈ ਹੈ ਪਲੇਟ ਹੈ ਅਤੇ ਇਸ ਵਾਸਤੇ ਅਤੇ ਤੁਸੀਂ ਸਾਂਚੇ 'ਚ ਕਰੋਗੇ ਤਾਂ ਬਹੁਤ ਹੀ ਅੱਛੀ ਬਣੇਗੀ ਅਤੇ ਹੁਣ ਅਸੀਂ ਇਹਨੂੰ ਗਾਰਨਿਸ਼ ਕਰ ਲੈਂਦੇ ਹਾਂ। ਪਿਸਤੇ ਅਤੇ ਬਦਾਮਾਂ ਨਾਲ ਤੁਸੀਂ ਕਰ ਸਕਦੇ ਹੋ। ਦੇਖ ਸਕਦੇ ਹੋ ਇਹਨੂੰ ਮੈਂ ਗਾਰਨਿਸ਼ ਕਰ ਲਿਆ ਅਤੇ ਹੁਣ ਇਹਨੂੰ ਮੈਂ 10-15 ਮਿੰਟ ਵਾਸਤੇ ਫਰਿੱਜ 'ਚ ਰੱਖਾਂਗੀ ਠੰਡੀ ਹੋ ਜਾਏਗੀ ਅਤੇ ਫਿਰ ਮੈਂ ਇਹਨੂੰ ਡਿਸ਼ ਆਊਟ ਕਰਾਂਗੀ ਅਤੇ ਤੁਹਾਨੂੰ ਵਿਖਾਵਾਂਗੀ। ਅਤੇ ਤੁਸੀਂ ਇਸ ਤਰ੍ਹਾਂ ਦੇ ਪੀਸ ਕੱਟੋਗੇ ਇਨਸ਼ਾਅੱਲਾ ਤਾਂ ਬਹੁਤ ਅੱਛੀ ਕੱਟੀ ਜਾਏਗੀ ਕਿਉਂਕਿ ਮੇਰੇ ਕੋਲ ਸਾਂਝਾ ਨਹੀਂ ਸੀ ਇਸ ਵਾਸਤੇ ਮੈਂ ਪਲੇਟ 'ਚ ਇਹਨੂੰ ਕੀਤਾ। ਬਰਫੀ ਸਾਡੀ ਤਿਆਰ ਹੋ ਗਈ ਹੈ ਅਸਾਂ ਡਿਸ਼ ਆਊਟ ਕਰ ਲਈਏ ਅਤੇ ਤੁਹਾਡੇ ਅੱਗੇ ਮੈਂ ਰਿਕੁਐਸਟ ਕਰਨੀ ਹੈ ਕਿ ਬਟਰ ਪੇਪਰ ਦਾ ਇਸਤੇਮਾਲ ਜ਼ਰੂਰ ਕਰਿਆ ਜੇ। ਮੈਂ ਟ੍ਰੇ ਨੂੰ ਗਰੀਸ ਵੀ ਕੀਤਾ ਸੀ ਫਿਰ ਵੀ ਮੈਨੂੰ ਬਹੁਤ ਮੁਸ਼ਕਲ ਹੋਈ ਹੈ ਇਹਨੂੰ ਯਾਨੀ ਟ੍ਰੇ ਨਾਲੋਂ ਹਟਾਉਣ ਨਾਲ ਅਤੇ ਤੁਸੀਂ ਵੇਖ ਸਕਦੇ ਹੋ ਕਿੰਨੀ ਪਿਆਰੀ ਬਣੀ ਹੈ ਇੰਝ ਲੱਗਦਾ ਜਿਵੇਂ ਬਾਜ਼ਾਰੋਂ ਲਿਆਉਂਦੀ ਹੈ। ਥੋੜ੍ਹੀ ਜਿਹੀ ਮੈਂ ਖਾ ਕੇ ਵੇਖੀਏ ਅਤੇ ਮੂੰਹ 'ਚ ਗੋਲ ਜਾਂਦੀ ਹੈ ਇੰਨੀ ਮਜ਼ੇ ਦੀ ਬਰਫੀ ਬਣੀ ਹੈ। ਬਣਾਓ ਖਾਓ ਅਤੇ ਸਾਨੂੰ ਦੁਆਵਾਂ 'ਚ ਯਾਦ ਰੱਖਿਆ ਜੇ। ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ ਔਰ ਅੱਲਾ ਹਾਫਿਜ਼।